ਪਾਜਾ ਸਾਹਿਬ ਨਾ ਸਾਡੇ ਨਾ ਗੁਆਂਢ ਇੱਕ ਜੱਟ ਸੀ ਤੇਰੀ ਬਰਾਦਰੀ ਦਾ ਮੁੰਡਾ, ਉਹ ਨਾ ਕੁੱਤਿਆਂ ਦਾ ਬਹੁਤ ਸ਼ੌਕੀਨ ਸੀ। ਉਹਨੇ ਨਾ ਓਡਾਂ ਦੇ ਪਿੱਛੇ ਪਿਆ ਸੀ ਵੀ ਮੈਨੂੰ ਨਾ ਤੁਸੀਂ ਤੁਹਾਡੀ ਕੁੱਤੀ ਸੂਈ ਤਾਂ ਮੈਨੂੰ ਦੋ ਕਤੂਰੇ ਜ਼ਰੂਰ ਦੇਣੇ। ਖੈਰ ਉਹ ਅੱਲਾ ਅੱਲਾ ਕਰਕੇ ਉਹਦੀ ਮੁਰਾਦ ਪੂਰੀ ਹੋ ਗਈ, ਕਤੂਰੇ ਉਹਨਾਂ ਨੇ ਦੋ ਉਹਨੂੰ ਛੋਟੇ ਛੋਟੇ ਦੇ ਦਿੱਤੇ, ਅੱਖਾਂ ਵੀ ਨਹੀਂ ਖੁੱਲੀਆਂ ਲੈ ਕੇ ਆ ਗਿਆ। ਬੱਕਰੀਆਂ ਦਾ ਦੁੱਧ ਪੜਾ ਪੜਾ ਕੇ ਉਹਨੂੰ ਨਾ ਉਹਨੂੰ ਮਤਲਬ ਤਕੜੇ ਕੀਤਾ ਥੋੜ੍ਹਾ ਜਿਹਾ, ਜਦੋਂ ਉਹ ਵਾਹਵਾ ਐਡੇ ਐਡੇ ਹੋਏ ਨਾ। ਉਹਦੇ ਘਰ ਤੋਂ ਕੋਈ ਦੁਹਾੜਾ ਕੇ ਅੱਗੇ ਸਾਡੀ ਹਵੇਲੀ ਸੀਗੀ, ਹਲੇ ਬਗਲ ਬੁਗਲ ਨਹੀਂ ਸੋ, ਹੁਣ ਤਾਂ ਖੈਰ ਉੱਥੇ ਬਹੁਤ ਕੁਛ ਬਣ ਗਿਆ, ਉਦੋਂ ਬਗਲ ਵੀ ਨਹੀਂ ਹੋਏ ਹੁੰਦੇ ਸੀ, ਖੁੱਲੇ ਹੀ ਹੁੰਦੇ ਸੀਗੇ। ਉਹ ਕੁੱਤਿਆਂ ਨੇ ਆ ਕੇ ਨਾ ਸਾਡੇ, ਸਾਡਾ ਦਿਲ ਕਰੇ ਯਾਰ ਕੁੱਤੇ ਸਾਡੇ ਕੋਲ ਵੀ ਇੱਦਾਂ ਦੇ ਹੋਣੇ ਚਾਹੀਦੇ, ਬੜੇ ਸੋਹਣੇ। ਇੱਕ ਲਾਲ ਰੰਗ ਦਾ ਸੀ, ਕਾਲੇ ਰੰਗ ਦਾ ਸੀ, ਗੱਦੀ ਸੀਗੇ। ਉਹ ਕੁੱਤਿਆਂ ਨੇ ਨਾ ਆ ਕੇ ਉੱਥੇ ਭੌਂਕਣਾ ਸ਼ੁਰੂ ਕਰਤਾ, ਫਿਰ ਰਾਤ ਨੂੰ ਸਾਰੀ ਰਾਖੀ ਸਾਡੀ ਕਰਨੀ ਆ ਕੇ। ਉਹਨੇ ਨਾ ਦੋ ਚਾਰ ਵਾਰੀ ਅੱਗੇ ਪਿੱਛੇ ਉਹ ਲੱਗਿਆ, ਉਹਨੇ ਕਿਹਾ ਯਾਰ ਮੈਂ ਪਾਲੇ ਆ ਬੱਕਰੀਆਂ ਦਾ ਦੁੱਧ ਪੜਾ ਪੜਾ ਕੇ, ਜਦੋਂ ਇਹ ਕੰਮ ਕਰਨ ਜੋਗੇ ਹੋਏ, ਕੋਈ ਰਾਖੀ ਕਰਨ ਜੋਗੇ ਹੋਏ, ਤੇ ਇਹ ਅਗਲੇ ਹੱਥ ਜਾ ਕੇ ਭੌਂਕਦੇ ਆ। ਖੈਰ ਉਹਨੇ ਦੇਖਿਆ ਵੀ ਚਾਰ ਪੰਜ ਵਾਰੀ ਉਹ ਲੈ ਕੇ ਗਿਆ, ਉਸ ਹਿਸਾਬ 'ਚ ਨਹੀਂ ਆ, ਉਹ ਕੁੱਤਿਆਂ ਦਾ ਟਿਕਾਣਾ ਉਹੀ ਬਣ ਗਿਆ। ਉਹਨੇ ਸਾਨੂੰ ਕਿਹਾ ਵੀ ਯਾਰ ਗੱਲ ਇਹ ਆ ਵੀ ਦਿਲ ਤਾਂ ਨਹੀਂ ਕਰਦਾ ਦੇਣ ਨੂੰ, ਬੜੀ ਰੀਝ ਨਾਲ ਲਿਆਉਂਦੇ ਸੀ, ਪਾਲੇ ਸੀ, ਪਰ ਇਹ ਹੁਣ ਇਹ ਹੈਗੇ ਹਰਾਮਖੋਰ ਨਿਕਲੇ ਵੀ ਚਲੋ ਤੁਹਾਡੇ ਡੇਰੇ 'ਤੇ ਆ ਕੇ ਭੌਂਕਦੇ ਆ, ਹਵੇਲੀ ਭੌਂਕਦੇ ਆ, ਤੁਸੀਂ ਇੱਦਾਂ ਰੋਟੀ ਰੁਟੀ ਪਾਈ ਆ ਕੋਈ ਤੁਹਾਨੂੰ ਦੇ ਦਿੱਤੇ। ਅਸੀਂ ਬੜੇ ਖੁਸ਼ ਵੀ ਪਲੇ ਪਲੇ ਲੱਭ ਗਏ ਕੁੱਤੇ ਦੋਨੇ। ਅਸੀਂ ਉਹਨੂੰ ਰੋਟੀ ਪਾਣੀ ਦੇ ਦਿੱਤਾ ਸ਼ੁਰੂ ਕਰਤਾ, ਥੋੜ੍ਹੇ ਦਿਨਾਂ ਤੋਂ ਬਾਅਦ ਉਹਨਾਂ ਨੇ ਸਾਡੇ ਤੋਂ ਅੱਗੇ ਜਾ ਕੇ ਦੁਹਾੜਾ ਚੌਂਕ 'ਚ ਜਾ ਕੇ ਭੌਂਕਣਾ ਸ਼ੁਰੂ ਕਰਤਾ। ਅਸੀਂ ਕਿਹਾ ਵੀ ਇਹ ਤਾਂ ਜਿਹਦਾ ਖਾਂਦੇ ਉਹਦੀ ਰਾਖੀ ਕਰਦੇ ਨਹੀਂ ਹੈਗੇ। ਇਸੇ ਤਰ੍ਹਾਂ ਹੀ ਤੁਹਾਡੀ ਜ਼ਿੰਦਗੀ 'ਚ ਬਹੁਤ ਸਾਰੇ ਲੋਕ ਐਸੇ ਆਉਂਦੇ ਆ ਜਿਹੜੇ ਤੁਹਾਡੇ ਵਫ਼ਾਦਾਰ ਨਹੀਂ ਹੁੰਦੇ, ਖਾਂਦੇ ਬਹਿੰਦੇ ਤੁਹਾਡੇ ਨਾਲ ਆ, ਲੇਕਿਨ ਉਹ ਭਲਾ ਕਿਸੇ ਹੋਰ ਦਾ ਕਰਦੇ ਹੁੰਦੇ ਆ, ਤੁਹਾਡਾ ਬਿਲਾ ਵਜ੍ਹਾ ਹੀ ਉਹ ਨੁਕਸਾਨ ਕਰਨਾ ਚਾਹੁੰਦੇ ਆ। ਸਹੀ ਗੱਲ, ਇਹ ਤੁਹਾਡੇ ਯਾਰਾਂ ਬੇਲੀਆਂ 'ਚ ਵੀ ਹੋ ਸਕਦੇ ਆ, ਤੁਹਾਡੇ ਖਾਨਦਾਨ 'ਚ ਵੀ ਹੋ ਸਕਦੇ ਆ, ਕਿ ਜਿਨ੍ਹਾਂ ਨੂੰ ਆਪਣੀ ਡੇਰੇਦਾਰੀ ਛੱਡ ਕੇ ਲੋਕਾਂ ਦੀਆਂ ਪੈਂਦਾਂ 'ਚ ਬਹਿਣਾ ਸੋਹਣਾ ਲੱਗਦਾ ਆ। ਸਹੀ ਗੱਲ, ਇੱਦਾਂ ਹੀ ਹਮੇਸ਼ਾ ਤੁਸੀਂ ਬਮਾ ਇਕੱਲਾ ਮੰਜਾ ਡਾ ਕੇ ਬਹਿ ਜਾਓ, ਪਰ ਆਪਣੇ ਡੇਰੇ ਤੇ ਬੈਠੋ, ਤੁਹਾਡੇ ਕੋਲ ਕੋਈ ਆਊਗਾ ਉਹਨੂੰ ਸਰਾਣਾ ਦਓ ਵੀ ਆ ਬਹਿ ਜਾ ਬਈ। ਸਹੀ ਗੱਲ, ਇਹ ਆ। ਤੇ ਜੇ ਤੁਸੀਂ ਜਾ ਕੇ ਲੋਕਾਂ ਦੀਆਂ ਪੈਂਦਾਂ 'ਚ ਬੈਠੋ, ਔਰ ਮੈਂ ਸਮਝਦਾ ਕਿ ਇੰਤਹਾਈ ਇਹ ਘਟੀਆਪਨ ਆ, ਔਰ ਇਹੋ ਜਿਹੇ ਲੋਕ ਜਿਹੜੇ ਨਾ ਆਪਣੇ ਸਕੇ ਹੁੰਦੇ ਤੇ ਨਾ ਆਪਣੇ ਖਾਨਦਾਨਾਂ ਦੇ ਸਕੇ ਹੁੰਦੇ। ਬਿਲਕੁਲ ਇਹੀ ਗੱਲ, ਇੱਦਾਂ ਹੀ ਹੈ, ਬਿਲਕੁਲ ਇਹੀ।